ਅੱਜ ਅੰਮ੍ਰਿਤਸਰ ਦੇ ਵਿੱਚ ਜਦੋਂ ਕੁਝ ਵਿਅਕਤੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਪੁਤਲਾ ਸਾੜ ਰਹੇ ਸਨ ਤਾਂ ਉੱਥੇ ਕੁਝ ਸਿੱਖਾਂ ਨੇ ਆ ਕੇ ਇਸ ਦਾ ਵਿਰੋਧ ਕੀਤਾ। ਇਹ ਮਾਮਲਾ ਉਦੋਂ ਵਿਗੜਨ ਤੋਂ ਬਚ ਗਿਆ ਜਦੋਂ ਸਿੱਖਾਂ ਦਾ ਵਿਰੋਧ ਨਾ ਸਹਾਰਦੇ ਹੋਏ ਇਹ ਵਿਅਕਤੀ ਉੱਥੇ ਪੁਤਲਾ ਸੜਦਾ ਹੋਇਆ ਛੱਡ ਕੇ ਹੀ ਚਲੇ ਗਏ।